ਵੀਦਨ ਵਰਮਾ ਦੀ ਕਹਾਣੀ ਹੋਰ ਉੱਪਰ ਦਾ ਅਖੀਰਲਾ ਪາກ ਜੇ ਤੇਰਾ ਹੈ ਤਾਂ ਤੂੰ ਸਾਹਮਣੇ ਰੱਖ ਕਿਸੇ ਨੂੰ ਕੋਲ ਨਾ ਫੜ ਕੰਦੇ ਐਵੇਂ ਕਮਲੀਆਂ ਵਾਂਗ ਸਿਰ ਸੁੱਟ ਕੇ ਨਾ ਪਈ ਰਹਿ ਕੋਈ ਯਤਨ ਕਰ ਕਾਂਤਾ ਦੇ ਬੁੱਲਾਂ ਤੇ ਚਤਰ ਮੁਸਕਾਨ ਆਈ ਕੀ ਯਤਨ ਕਰਾ ਸਿਮਲਾ ਨੇ ਆਪਣੇ ਸੁੱਕੇ ਬੁੱਲਾਂ ਤੇ ਜੀਭ ਫੇਰੀ ਪਿੰਡੋਂ ਬਾਹਰ ਵਾਲੀ ਕੁਟਿਆ 'ਚ ਬਹੁਤ ਵੱਡੇ ਸੰਤ ਆਏ ਹੋਏ ਨੇ ਨਿਹਰਾ ਰੱਬ ਦਾ ਰੂਪ ਸਵਾਮੀ ਅੰਤਰਜਾਮੀ ਜੀ ਮਹਾਰਾਜ ਸਭ ਦੇ ਅੰਦਰ ਦੀਆਂ ਬੁੱਝਦੇ ਨੇ ਉਦੇ ਪੈਰ ਫੜ ਲੈ ਜਾ ਕੇ ਬਹੁਤ ਕਰਨੀ ਵਾਲਾ ਸਾਧ ਹੈ ਲੋਕਾਂ ਦੇ ਮੁਰਦੇ ਜਿਉਂਦੇ ਕਰਦੇ ਐਸੀ ਵਿਦਿਆ ਜਾਣਦਾ ਹੈ ਕਹਿੰਦੇ ਆ ਰਾਖ ਦੀ ਚੁਟਕੀ ਲੈ ਕੇ ਰੰਕੋ ਰਾਜਾ ਬਣਾ ਦਿੰਦਾ ਸੱਚ ਪੁੱਛੇ ਤਾਂ ਮੇਰੀ ਸੱਸ ਕਿਹੜਾ ਘਟ ਤੰਗ ਕਰਦੀ ਹੁੰਦੀ ਸੀ ਮੈਨੂੰ ਰੋਜ਼ ਘਰੋਂ ਕੱਢਣ ਦੇ ਡਰਾਵੇ ਦਿੰਦੀ ਸੀ ਮੈਂ ਤਾਂ ਜਾ ਕੇ ਮਹਾਰਾਜ ਦੇ ਚਰਨ ਫੜ ਲਏ ਬਸ ਉਹਨਾਂ ਦੀ ਨਿਗਾਹ ਸਿੱਧੀ ਤਾਂ ਨੌ ਨਿਧੀਆਂ 12 ਸਿੱਧੀਆਂ ਆ 5 ਸਾਲਾਂ ਚ 4 ਮੁੰਡੇ ਹੋ ਗਏ ਮਾੜੀ ਜੀ ਪੂੜੀ ਦਿੱਤੀ ਸੀ ਖਾਣ ਨੂੰ ਹੁਣ ਸਾਰਾ ਦਿਨ ਬੁੜੀ ਪੋਤਿਆਂ ਨਾਲ ਖੇਡਦੀ ਐ ਤੇ ਮੈਂ ਘਰ ਦੀ ਮਾਲਕਣ ਬਣੀ ਹੋਈ ਆ ਮੇਰੀ ਮੰਨੇ ਤਾਂ ਨਾਤ ੋਕੇ ਅੱਜ ਹੀ ਚਲੀ ਜਾ ਕੀ ਪਤਾ ਤੇਰਾ ਉੱਥੇ ਹੀ ਕਲਿਆਣ ਹੋਣਾ ਲਿਖਿਆ ਹੋਵੇ ਆਖੇ ਕਾਂਤਾ ਨੇ ਉਹਨੂੰ ਮੱਲੋਜੋਰੀ ਖੜਾ ਕਰ ਦਿੱਤਾ ਸਿਮਲਰ ਨਾਤ ੋਕੇ ਸਾਧ ਦੀ ਕੁਟਿਆ ਵੱਲ ਤੁਰ ਪਈ ਸੱਸ ਨੇ ਨਾ ਰੋਕਿਆ ਉਹ ਤਾਂ ਉਦਾਂ ਵੀ ਚਾਹੁੰਦੀ ਸੀ ਵੀ ਆਪੇ ਹੀ ਕਿਤੇ ਚਲੀ ਜਾਵੇ ਤਾਂ ਖੜਾ ਛੁੱਟੇ ਕੁਟਿਆ ਚ ਦਾਖਲ ਹੋ ਕੇ ਉਹਨੇ ਸੰਤੰਤਰ ਯਮੀ ਮਹਾਰਾਜ ਬਾਰੇ ਪੁੱਛਿਆ ਅੰਮੀ ਤੋਂ ਉਹ ਆਰਾਮ ਕਰ ਰਹੇ ਆ ਥੋੜੀ ਦੇਰ ਬਾਅਦ ਆਨਾ ਆਕੇ ਕੇਸੇ ਚੇਲੇ ਨੇ ਉਹਨੂੰ ਟਰਕਾ ਦਿੱਤਾ ਸ਼ਾਮ ਦੇ 4 ਵਜੇ ਅੰਤਰੀਆਮੀ ਮਹਾਰਾਜ ਕਥਾ ਕਰਨ ਲਈ ਕੁਟਿਆ ਦੇ ਵਿਹੜੇ 'ਚ ਆ ਗਏ ਵਿਹੜਾ ਸੰਗਤ ਨਾਲ ਭਰ ਗਿਆ ਸੀ ਲੋਕ ਭੱਜ ਭੱਜ ਕੇ ਮਹਾਰਾਜ ਦੇ ਪੈਰਾਂ ਨੂੰ ਹੱਥ ਲਾ ਰਹੇ ਸੀ ਔਰਤਾਂ ਕਈ ਕਈ ਵਾਰ ਉਹਦੇ ਪੈਰਾਂ 'ਚ ਆਪਣਾ ਸਿਰ ਦੇ ਰਹੀਆਂ ਸੀ ਸਿਮਲਾ ਬੁੱਤ ਜੀ ਬਣੀ ਸਭ ਤੋਂ ਪਿੱਛੇ ਖੜੀ ਰਹੀ ਉਸ ਜੀ ਹਿੰਮਤ ਨਹੀਂ ਸੀ ਇੰਨੀ ਭੀੜ 'ਚ ਧੱਕੇ ਮਾਰ ਕੇ ਅੱਗੇ ਵਧ ਜਾਏ ਸਾਦੇ ਪੈਰੀਂ ਹੱਥ ਲਾਵੇ ਚੇਲਿਆਂ ਨੇ ਫੜ ਫੜ ਕੇ ਲੋਕਾਂ ਨੂੰ ਪਿੱਛੇ ਖਿੱਚਿਆ ਤੇ ਸਭ ਨੂੰ ਜ਼ਮੀਨ ਤੇ ਬੈਠਣ ਲਈ ਕਿਹਾ। ਸਿਮਲਾ ਨੇ ਪਹਿਲੀ ਵਾਰ ਸਵਾਮੀ ਜੀ ਦਾ ਚਿਹਰਾ ਦੇਖਿਆ। ਗੋਰਾ ਦੁੱਧ ਵਰਗਾ ਰੰਗ, ਚੌੜਾ ਮੱਥਾ, ਸਿਰ ਤੇ ਲੰਮੀਆਂ ਜਟਾਂ। ਪੀਲੇ ਰੰਗ ਦੇ ਲੰਮੇ ਚੋਲੇ ਚ ਉਹਦੇ ਮੱਥੇ ਨੇ ਲੱਗ ਹੁੰਦਾ ਸੀ। ਕਿੰਨਾ ਤੇਜ਼ ਸੀ ਉਹਦੀ ਚੈਨ ਚੱਕਰ ਤੇ ਤੇ ਲਾਲ ਸੁਰਖ ਅੱਖਾਂ ਜਿਵੇਂ ਹੁਣੇ ਸਮਾਧੀ ਚ ਉੱਠਿਆ ਹੋਵੇ। ਆਮ ਬੰਦਾ ਕੀ ਚੰਗੇ ਕਹਿੰਦੇ ਕਹਾਉਂਦੇ ਸਾਧ ਸੰਤ ਵੀ ਉਸ ਨਾਲ ਅੱਖ ਮਿਲਾ ਕੇ ਗੱਲ ਨਹੀਂ ਕਰ ਸਕਦੇ ਸੀ। ਠੀਕ ਹੀ ਤਾਂ ਕਿਹਾ ਸਿੱਖ ਆਨਤਾ ਨੇ। ਕੀ ਕੁਇਕ ਕਰਨੀ ਵਾਲਾ ਸਾਧ ਹੈ ਐਵੇਂ ਤਾਂ ਨਹੀਂ ਦੁਨੀਆ ਮਗਰ ਲੱਗੀ ਫਿਰਦੀ ਜ਼ਰੂਰ ਕੁਝ ਹੋਊਏ ਦੇਖੋ ਕੋਈ ਸ਼ਕਤੀ ਵਾਸਤ ਚ ਕੀਤੀ ਹੋਣੀ ਹੈ ਸਿਮਲਾ ਨੇ ਆਪਣੇ ਆਪ ਨੂੰ ਕਿਹਾ ਕਥਾ ਖਤਮ ਹੋ ਗਈ ਲੋਕ ਆਪੋ ਆਪਣੇ ਘਰਾਂ ਨੂੰ ਚਲੇ ਗਏ ਪਰ ਸਿਮਲਾ ਬੁੱਤ ਬਣੀ ਉੱਥੇ ਬੈਠੀ ਰਹੀ ਕਿਆ ਬਾਤ ਹੈ ਦੇਵੀ ਤੂੰ ਅਭੀ ਤੱਕ ਇਹੀ ਬੈਠੀ ਹੋ ਕਿਸੇ ਚੇਲੇ ਨੇ ਆਕੇ ਪੁੱਛਿਆ ਮੈਂ ਮਹਾਰਾਜ ਨੂੰ ਮਿਲਣਾ ਜੀ ਉਹ ਨਿਮਰਤਾ ਨਾਲ ਹੱਥ ਜੋੜ ਕੇ ਬੋਲੇ ਚਲੋ ਆਓ ਮੇਰੇ ਸਾਥ ਸੇਲਾ ਅਨੁਸਾਰ ਦੇ ਕਮਰੇ ਚ ਲੈ ਗਿਆ ਮਹਾਰਾਜ ਆਪਣੇ ਆਸਨ ਤੇ ਬਿਰਾਜਮਾਨ ਸਨ ਉਹਨੇ ਰੋਂਦੀ ਹੋਈ ਨੇ ਸਾਧ ਦੇ ਚਰਨਾਂ ਚ ਸਿਰ ਰੱਖ ਦਿੱਤਾ ਜਿਵੇਂ ਕੋਈ ਛੋਟਾ ਜਿਹਾ ਬੱਚਾ ਮਾਂ ਦੀ ਗੋਦ ਚ ਜਾ ਕੇ ਅਚਾਨਕ ਹੀ ਰੋ ਪਵੇ ਹਮ ਸਮਝ ਗਏ ਬਾਲਕੇ ਦੁਖੀ ਮਤੋ ਭਗਵਾਨ ਤੁਮਾਰੀ ਮਨੋ ਕਾਮਨਾ ਪੂਰੀ ਕਰਨਗੇ ਤੁਮਾਰੀ ਝੋਲੀ ਭਰ ਜਾਏਗੀ ਕੱਲ ਸੇ 40 ਦਿਨ ਕੇ ਲਿਏ ਲਗਾਤਾਰ ਹਮਾਰੀ ਕੁਟਿਆ ਮੇ ਪਾਠ ਕਰਨੇ ਆਨਾ ਹੋਗਾ ਪ੍ਰਭੂ ਨੇ ਚਾਹ ਤੋ ਤੁਮਾਰੇ ਵੀ ਦਿਨ ਫਿਰ ਜਾਏਗੇ ਸਾਧ ਨੇ ਉਤੇ ਸਿਰ ਤੇ ਹੱਥ ਰੱਖਿਆ ਸਿਮਲਾ ਖੁਸ਼ੀ ਚ ਬਾਵਰੀ ਹੋਈ ਘਰ ਭੱਜੀ ਆਈ ਆ ਕੇ ਕਾਂਤਾ ਨੂੰ ਸਾਰੀ ਖਬਰ ਦੱਸੀ ਕਿ ਬਿਨਾਂ ਕੁਝ ਦੱਸੇ ਕਹੇ ਸਾਧ ਉਹਦੇ ਮਨ ਦੀਆਂ ਬੁੱਝ ਗਿਆ ਸੀ ਤੇ ਦੂਜੇ ਦਿਨ ਉਹ ਤੜਕੇ 4 ਵਜੇ ਉੱઠી ਨਹਾ ਧੋ ਕੇ ਕੁਟਿਆ ਵੱਲ ਤੁਰ ਪਈ ਸਾਰੀ ਕੁਟਿਆ ਜਗਮਗ ਹੋਈ ਪਈ ਸੀ ਲੋਕ ਪੂਜਾ ਪਾਠ ਚ ਲੱਗੇ ਸੀ ਸਾਧ ਨੇ ਉਹਨੂੰ ਹਵਨਕੁੰਡ ਕੋਲ ਬਿਠਾ ਕੇ ਕੁਝ ਮੰਤਰ ਪੜ੍ਹੇ ਇੱਕ ਸਵਾਦੀ ਪੂੜੀ ਖਾਣ ਲਈ ਦਿੱਤੀ ਤੇ ਮੁਰ ਦੁਪਹਿਰ ਨੂੰ ਆਉਣ ਲਈ ਕਿਹਾ ਸਿਮਲਾ ਨੂੰ ਦੁਪਹਿਰ ਮਸਾਂ ਆਈ ਉਹ ਨਿਸ਼ਚਿਤ ਸਮੇਂ ਤੋਂ ਪਹਿਲਾਂ ਹੀ ਕੁਟਿਆ ਚ ਪਹੁੰਚ ਗਈ ਇਕ ਚੇਲਾ ਉਹਨੂੰ ਸਾਦੇ ਕਮਰੇ 'ਚ ਛੱਡ ਆਇਆ। ਮਹਾਰਾਜ ਆਪਣੇ ਆਸਣ 'ਤੇ ਲੇਟੇ ਹੋਏ ਸਨ। ਸ਼ਿਮਲਾ ਸਿਰ ਝੁਕਾਈ ਖੜੀ ਰਹੀ। ਆਓ ਸੁੰਦਰੀ ਸਾਦੇ ਗੜੇ ਅਰਗੀ ਆਵਾਜ਼ ਆਈ। ਸ਼ਿਮਲਾ ਉਹਦੇ ਨੇੜੇ ਚਲੀ ਗਈ। ਉਹ ਸਾਹਮਣੇ ਅਲਮਾਰੀ 'ਮੇਂ ਹਿਮਾਲਿਆ ਕੀ ਜੜੀ ਬੂਟੀਆਂ ਕਾ ਬਨਾ ਤੇਲ ਰੱਖਾ ਹੋਇ। ਉਸੇ ਉਠਾ ਕਰ ਲਾਓ। ਮਹਾਰਾਜ ਨੇ ਅੱਖਾਂ ਬੰਦ ਕਰਦਿਆਂ ਕਿਹਾ। ਸ਼ਿਮਲਾ ਤੇਲ ਹੱਥ ਲੈ ਕੇ ਫਿਰ ਚੁੱਪਚਾਪ ਖੜੀ ਹੋ ਗਈ। ਹਮਾਰੇ ਆਸਣ 'ਪਰ ਬੈਠ ਕਰ ਹਮਾਰੇ ਪੈਰੋਂ ਕੀ ਮਾਲਿਸ਼ ਕਰੋ ਬਾਲਿਕੀ। ਸਾਧਨੇ ਜਿਵੇਂ ਹੁਕਮ ਦਿੱਤਾ ਸਿਮਲਾ ਚਪਚਾਪ ਸਿਰ ਛੁੱਟੀ ਉਹਦੇ ਪੈਰਾਂ ਦੀ ਮਾਲਿਸ਼ ਕਰਦੀ ਰਹੀ ਹੋਰ ਉੱਪਰ ਮਹਾਰਾਜ ਦੀ ਆਵਾਜ਼ ਗਰਮ ਹੋ ਗਈ ਸਿਮਲਾ ਨੇ ਪੈਰ ਛੱਡ ਕੇ ਉਹਦੀਆਂ ਪਿੰਜੜੀਆਂ ਦੀ ਮਾਲਿਸ਼ ਸ਼ੁਰੂ ਕਰ ਦਿੱਤੀ ਹੋਰ ਉੱਪਰ ਆਵਾਜ਼ ਆਈ ਸਿਮਲਾ ਹੁਣ ਉਹਦੇ ਗੋਡਿਆਂ ਦੀ ਮਾਲਿਸ਼ ਕਰ ਰਹੀ ਸੀ ਹੋਰ ਉੱਪਰ ਸਿਮਲਾ ਦੇ ਹੱਥ ਕੰਬ ਰਹੇ ਸੀ ਹੋਰ ਉੱਪਰ ਤੇ ਸਾਧਨੇ ਧੋਤੀ ਉੱਪਰ ਚੁੱਕ ਦਿੱਤੀ 6.5 ਫੁੱਟ ਲੰਮਾ ਹਟਾ-ਕਟਾ ਸੰਤ ਸਿਮਲਾ ਮੋਰੇ ਨੰਗਾ ਪਿਆ ਸੀ ਉਹਦੀ ਦੇਹ ਕੰਬ ਗਈ ਸ਼ਰਮ ਨਾਲ ਉਹਨੇ ਚੁੰਨੀ ਮੂੰਹ ਤੇ ਲੈ ਲਈ ਆਪਣੇ ਆਪ ਕੋ ਹਮਾਰੇ ਅਰਪਣ ਕਰ ਦੋ ਸੁੰਦਰੀ ਸਾਧ ਨੇ ਸੁਰਖ ਅੱਖਾਂ ਖੋਲੀਆਂ ਇਹ ਪਾਪ ਹੈ ਮਹਾਰਾਜ ਮੈਂ ਤਾਂ ਸੋਚਿਆ ਸੀ ਤੁਸੀਂ ਦਵਾਈ ਦੇ ਕੇ ਪੁੜੀਆਂ ਨਾਲ ਸਿਮਲਾ ਦੀ ਜ਼ੁਬਾਨ ਥਰਥਰਾ ਰਹੀ ਸੀ ਪਾਗਲ ਮਤ ਬਨੋ ਸੰਸਾਰ ਕੀ ਰਚਨਾ ਕਾ ਸਿਰਫ ਇੱਕ ਹੀ ਤਰੀਕਾ ਭਗਵਾਨ ਨੇ ਬਣਾਇਆ ਹੈ ਔਰ ਉਹ ਹੈ ਨਰ ਔਰ ਮਾਦਾ ਕਾ ਮੇਲ ਚਾਹੇ ਪਸ਼ੂ ਜਾਂ ਆਦਮੀ ਪੌਦਾ ਹੋ ਜਾਂ ਪਕਸ਼ੀ बिना नर और मादा के मेल के कोई नस्ल आगे नहीं बढ़ती फिर दवा दारू तो सिर्फ दुनिया की नज़रों में धूल झोंकने के लिए साध ने स्पष्ट गल की थी पर महाराज मेरा स्त्री धर्म किधर गया मेरा पति नहीं नहीं ये अनर्थ है वो पीछे हटे तुम्हारी मर्जी है बालिक हम तुम्हें मजबूर नहीं करते हम तो तुम्हारे ऊपर उपकार कर रहे हैं तुम्हारा कल्याण इसी में है जिस पति की तुम्हें इतनी चिंता है वो पति तुम्हें शीघ्र ही छोड़कर दूसरी औरत ले आएगा फिर मत भूलो कि तुम जो भी कर रही हो पति के लिए ही कर रही हो उसे खुश करने के लिए पति के लिए औरतें जलती आग में कूद जाती हैं जुए में हारी जाती हैं और तुम्हारा बलिदान तो बहुत तुच्छ है तुम ये काम एक अंधेरे घर में रोशनी लाने के लिए कर रही हो एक कुल दीपक पैदा कर रही हो और उस काम में हम तुम्हारा साथ दे रहे हैं इस कार्य में हमें कुछ मिलने वाला नहीं हम संसारक जीव नहीं शरीर से अब हमारा कोई रिश्ता नहीं है हमारी लो ऊपर लगी हुई है संसार में हम दुनिया का भला करने के लिए ही आए हैं कोई कई सुनी गोदियों को हमने अपने दान से भर दिया महाराज ने नज़र उस चुकी हैं दान शिमला होली जी बोली हाँ दान कोई धन दान करता है कोई अन्न दान करता है तथा कोई राज्य तक दान कर देता है पर हम वीरज दान करते हैं सुंदरी जो सबसे बड़ा दान महादान कहलाता है कितने घरों को टूटने से हमने बचाया है। कितनी बांझ औरतों को पुत्र दान दिए हमने अब तुम्हारी तो मर्जी है साथ गल करदा विच दी अखा खोलदा बंद करदा पर पर शिमला दे बुल कंबे तुम जीवन का युद्ध लड़ रही हो शिमले अपने पति को वापस जीतना है तुमने और युद्ध तथा प्रेम में सब उचित है ਆਖੇ ਸਾਧਨਿਓ ਦਾ ਹੱਥ ਫੜ ਕੇ ਆਪਣੇ ਵੱਲ ਖਿੱਚਿਆ ਉਹ ਬਿਹਾਉਸ਼ੀ ਹੋ ਕੇ ਉਹਦੇ ਕਦਮਾਂ 'ਚ ਡਿੱਗ ਪਈ। ਸ਼ਾਇਦ ਮਹੀਨਾ ਹੀ ਹੋਇਆ ਸੀ ਉਹਨੂੰ ਕੁਟਿਆ 'ਚ ਜਾਂਦੀ ਨੂੰ ਕਿ ਇੱਕ ਦਿਨ ਸਵੇਰੇ ਨਲਕੇ ਤੋਂ ਪਾਣੀ ਖਿੱਚਦੀ ਉਹ ਚੱਕਰ ਖਾ ਕੇ ਡਿੱਗ ਪਈ। ਰਾਮਦੇਈ ਸਮਝੀ ਕਿਤੇ ਉਹਦਾ ਪੈਰ ਤਿਲਕ ਗਿਆ। ਮਾੜਾ ਜਾਂ ਨੇਰਾ ਦੇਖ ਕੇ ਮਾੜਾ ਜਾਂ ਮੂੰਹ ਨੇਰੇ ਦੇਖ ਕੇ ਤੁਰਿਆ ਫਿਰਿਆ ਕਰ ਸੱਟ ਫੇਟ ਖਾ ਲੇਗੀ। ਉਹਨੂੰ ਖੜਾ ਕਰਨ ਲਈ ਸਹਾਰਾ ਦੇ ਰਹੀ ਸੀ। ਮਾਂ ਜੀ ਮੈਨੂੰ ਚੱਕਰ ਆਉਂਦੇ ਨੇ। ਉਹ ਫਿਰ ਜ਼ਮੀਨ ਤੇ ਬੈਠ ਗਈ। ਕੋਈ ਨਹੀਂ ਦੁੱਧ ਗਰਮ ਕਰਕੇ ਪੀ ਲਿਆ RAMDEY ਨੇ ਰਮਾਨ ਨਾਲ ਕਿਹਾ ਦੁੱਧ ਨਹੀਂ ਹਉ ਹਉ ਸ਼ਿਮਲਾ ਨੂੰ ਸ਼ਿਮਲਾ ਨੂੰ ਉਲਟੀ ਆ ਗਈ ਸੁਰੇਸ਼ ਦੋਹਾਂ ਦੀ ਆਵਾਜ਼ਾਂ ਸੁਣ ਕੇ ਬਾਹਰ ਆ ਗਿਆ ਠੰਡ ਲੱਗ ਗਈ ਹੋਣੀ ਹੈ ਮੈਂ ਡਾਕਟਰ ਨੂੰ ਬੁਲਾ ਕੇ ਲਿਆਉਣਾ ਉਹ ਕੋਟ ਪਾਉਂਦਾ ਬੋਲਿਆ ਭੱਜ ਕੇ ਸੀਮਾ ਦੇ ਮਾਮੇ ਨੂੰ ਬੁਲਾ ਲਿਆ ਉੱਥੇ ਵਿਹਲਾ ਬੈਠਾ ਸਿਗਰਟਾਂ ਪੀਂਦਾ ਹੋਣਾ ਦੁਕਾਨ ਤੇ RAMDEY ਘਬਰਾ ਗਿਆ ਕਿਤੇ ਸ਼ਿਮਲਾ ਨੇ ਕੁਝ ਪੁੱਠਾ ਸਿੱਧਾ ਨਾ ਖਾ ਲਿਆ ਹੋਵੇ ਵਧਾਈਆਂ ਮਾਸੀ ਜੀ ਤੁਸੀਂ ਦਾਦੀ ਮਾਂ ਬਣਨ ਵਾਲੇ ਹੋ ਡਾਕਟਰ ਨੇ RAMDEY ਵੱਲ ਮੁਹ ਕਰਕੇ ਕਿਹਾ ਹਾਂ ਨਿਪਾਈਆਂ ਦੀਓ ਬੂ ਮੈਂ ਮੱਛ ਜਾ ਕੁੜੀ ਮੈਨੂੰ ਦੱਸਿਆ ਨਹੀਂ ਵੇ ਸਰੇਸ਼ ਕਿੱਥਿਆਂ ਤੂੰ RAMDEY ਦੇ ਹੱਥ ਪੈਰ ਫੁੱਲ ਗਏ ਕੀ ਗੱਲ ਐ ਮਾਂ ਉਹ ਭੱਜ ਕੇ ਅੰਦਰ ਐ ਵੇ ਤੇਰੇ ਪਿਓ ਨੂੰ ਸੱਦ ਭੱਜ ਕੇ ਕੁੜੀ ਦਾ ਪੈਰ ਭਰੀ ਐ ਕਿਸੇ ਵੱਡੇ ਡਾਕਦਾਰ ਨੂੰ ਬੁਲਾਓ ਮਦਨ ਲਾਲ ਤਾਂ ਕੇ ਇਸ ਖਰਾਬ ਕਰ ਦੂਗਾ ਉਹ ਡਾਕਟਰ ਦੇ ਮੂਰੇ ਹੀ ਆਖ ਰਹੀ ਸੀ ਸੁਰੇਸ਼ ਤੇ ਡਾਕਟਰ ਹੱਸ ਹੱਸ ਕੇ ਲੋਟਪੋਟ ਹੋ ਗਏ ਸੁਰੇਸ਼ ਅਜ ਕਿੰਨੇ ਦਿਨਾਂ ਬਾਅਦ ਹੱਸਿਆ ਸੀ ਉਹ ਡਾਕਟਰ ਦੇ ਪੈਰੀ ਹੱਥ ਲਾਉਣ ਤੱਕ ਗਿਆ ਤੂੰ ਮੈਨੂੰ ਦੱਸਿਆ ਨਹੀਂ ਕਾਲੋ ਸੁਰੇਸ਼ ਨੇ ਅੱਜ ਕਿੰਨੇ ਸਾਲਾਂ ਬਾਅਦ ਉਹਨੂੰ ਕਾਲੋ ਕਿਹਾ ਤੇ ਉਹਦਾ ਕੰਨ ਫੜ ਕੇ ਖਿੱਚਿਆ ਸੀ ਸਿਮਲਾ ਕੁਛ ਨਾ ਬੋਲੀ ਕੀ ਦੱਸਦੀ ਉਹਨੂੰ ਯਾਦ ਸੀ ਚੰਗੀ ਤਰ੍ਹਾਂ ਕਿ ਸੁਰੇਸ਼ ਤਾਂ ਉਸ ਨਾਲ ਕਈ ਦਿਨਾਂ ਦਾ ਸੁੱਤਾ ਵੀ ਨਹੀਂ ਸੀ ਪਰ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਉਹਨੂੰ ਆਪਣੀ ਪਤਨੀ ਤੇ ਕੋਈ ਸ਼ੱਕ ਨਹੀਂ ਹੋਇਆ ਸੀ ਉਹ ਹੁਣ ਫੇਰ ਤੋਂ ਘਰ 'ਚ ਖਾਸ ਮਹਿਮਾਨ ਬਣ ਗਈ ਸੱਸ ਗਰਮ ਦੁੱਧੀਆਂ ਗੜਵੀਆਂ ਮੇਵੇ ਫਲ ਪਿਸਤੇ ਬਦਾਮ ਲਈ ਉਹਦੇ ਸਹਰਾਣੇ ਖੜੀ ਰਹਿੰਦੀ ਘਰ ਚ ਨੌਕਰਾਂ ਦੀ ਪਹਿਲਾਂ ਵੀ ਕਮੀ ਨਹੀਂ ਸੀ ਪਰ ਸਿਮਲਾ ਨੂੰ ਨਵਾਉਣ ਧਵਾਉਣ ਲਈ ਸਿਆਣੀ ਔਰਤ ਰੱਖ ਲਈ ਗਈ ਉਹ ਪਾਣੀ ਦਾ ਗਲਾਸ ਵੀ ਚੁਪਕੇ ਪੀਂਦੀ ਤਾਂ ਸਾਰਾ ਟੱਬਰ ਉੱਠ ਕੇ ਭੱਜ ਲੈਂਦਾ ਨਾ ਬਹੂ ਨਾ ਭਾਰ ਨਾ ਚੱਕ ਮਸਾ ਰੱਬ ਨੇ ਸੁਣੀਏ ਤੇ ਸਰੇਸ਼ ساری ਰਾਤ ਨਾ ਸੌਂਦਾ ਬਾਰ-ਬਾਰ ਉਹ ਤੇ ਰਜਾਈ ਦਿੰਦਾ ਕਦੇ ਠੰਡ ਨਾ ਲੱਗ ਜਾਏ ਪਰ ਰੋਜ਼ ਮਜ਼ਾਕ ਚ ਕਹਿੰਦਾ ਕਾਲੂ ਮੇਰੇ ਪੁੱਤ ਦਾ ਰੰਗ ਮੇਰੇ ਵਰਗਾ ਹੋਵੇ 9 ਮਹੀਨੇ ਤਿਹਾਰਾ ਵਾਂਗ ਲੰਘ ਗਏ ਤੇ ਸਿਮਲਾ ਦੀ ਕੁਖੋਂ ਗੋਰੇ ਚਿੱਟੇ ਪੁੱਤ ਨੇ ਜਨਮ ਲਿਆ ਉਨੇ ਦੇਖਿਆ ਧੁਰੰਦਰ ਤੱਕ ਕੰਬ ਗਈ ਨਿਰਾਸਾ ਦਾ ਰੂਪ ਪਰ ਸੁਰੇਸ਼ ਦੀ ਖੁਸ਼ੀ ਦੇਖਣ ਵਾਲੀ ਸੀ ਮੇਰਾ ਪੁੱਤ ਜਮਾ ਮੇਰੇ ਤੇ ਗਿਆ ਘਰ ਚ ਰੋਜ਼ ਪਾਰਟੀਆਂ ਹੁੰਦੀਆਂ ਰਿਸ਼ਤੇਦਾਰਾਂ ਦੇ ਝੁੰਡ ਜੁੜੇ ਰਹਿੰਦੇ ਰਾਮਦੇਈ ਬੱਚੇ ਨੂੰ ਲੈ ਕੇ ਸਾਧ ਦੀ ਕੁਟਿਆ ਚ ਗਈ ਮਹਾਰਾਜ ਮੇਰੇ ਪੋਤੇ ਦਾ ਨਾਮ ਰੱਖੋ ਉਹਨੇ ਬੇਨਤੀ ਕੀਤੀ ਅੰਤਰਯਾਮੀ ਪ੍ਰਸ਼ਾਦ ਸਾਧ ਨੇ ਅੱਖਾਂ ਬੰਦ ਕਰਕੇ ਕਿਹਾ ਹੂੰ ਮੈਂ ਆਪਣੇ ਬੇਟਾ ਦਾ ਨਾਮ ਅਰुण ਕੁਮਾਰ ਰੱਖੂਗਾ ਕਿਸੇ ਬੂਬਣੇ ਵਾਲਾ ਨਾਮ ਨਹੀਂ ਰੱਖਣਾ ਸੁਰੇਸ਼ ਨੇ ਮਾਨ ਨੂੰ ਚੁੱਪ ਕਰਾਤਾ ਤੇ ਉਸ ਦਿਨ ਤੋਂ ਬਚਾਰ ਨੂੰ ਪੁਕਾਰਿਆ ਜਾਣ ਲੱਗਾ ਹੁਣ ਉਹ ਵੱਡਾ ਹੋਣਾ ਸ਼ੁਰੂ ਹੋ ਗਿਆ ਕੁੜੇ ਬਹੁ ਜੇ ਇੱਕ ਮੁੰਡਾ ਹੋਰ ਹੋ ਜੇ ਤਾਂ ਜੋੜੀ ਬਣ ਜੂ ਭਰਾਵਾਂ ਦੀ RAMDEY ਕਈ ਵਾਰ ਕਹਿੰਦੀ ਪਰ ਸਿਮਲਾ ਚੁੱਪ ਕਰ ਜਾਂਦੀ ਸਾਧ ਕੁਟਿਆ ਛੱਡ ਕੇ ਹਰਦੁਆਰ ਚਲਾ ਗਿਆ ਸੀ ਜੋੜੀ ਕਿੱਥੋਂ ਬਣਦੀ ਉਹ ਕਈ ਵਾਰ ਸੋਚਦੀ ਅਰुण ਨੇ ਇੰਜੀਨੀਅਰਿੰਗ ਕਰ ਲਈ ਸੀ ਫਸਟ ਡਿਵੀਜ਼ਨ ਉਹ ਜਿੱਦ ਕਰ ਰਿਹਾ ਸੀ ਉਹ ਅਮਰੀਕਾ ਪੜਨ ਜਾਏਗਾ ਸਿਮਲਾ ਦਾ ਮਨ ਨਹੀਂ ਮੰਨ ਰਿਹਾ ਸੀ ਬਥੇਰਾ ਪੜ ਲਿਆ ਬੇਟੇ ਤੂੰ ਹੁਣ ਤਾਂ ਅਸੀਂ ਤੇਰਾ ਵਿਆਹ ਕਰਾਂਗੇ ਉਹਨੇ ਆਪਣੇ ਦਿਲ ਦੀ ਕਹੀ ਲੈ ਵਿਆਹ ਕਰੂਗੇ ਵੱਡੀ ਦਾਦੀ ਦਵਾਰਕਾ ਮੈਂ ਤਾਂ ਪੜਾਉਂਗਾ ਆਪਣੇ ਪੁੱਤ ਨੂੰ ਜਿੰਨਾ ਮਰਜੀ ਪੜੇ சுரேਸ਼ ਪੁੱਤ ਵੱਲ ਹੋ ਗਿਆ ਬਥੇਰਾ ਪੜ ਲਿਆ ਹੁਣ ਤੁਹਾਡਾ ਇਸ ਉਮਰ ਚ ਘਰ ਵਸ ਗਿਆ ਸੀ ਉਹ ਪਤੀ ਨਾਲ ਹੱਸ ਰਹੀ ਸੀ ਤੂੰ ਅੱਜ ਤੱਕ ਕੋਈ ਚੱਜ ਦੀ ਗੱਲ ਨਹੀਂ ਕੀਤੀ ਕਦੇ ਬਸ ਇੱਕੋ ਚੱਜ ਦਾ ਕੰਮ ਕੀਤਾ ਕੱਲ ਜਦ ਤੂੰ ਮੈਨੂੰ ਅਰुण ਵਰਗਾ ਲਾਇਕ ਬੇਟਾ ਦਿੱਤੇ ਵਰਨਾ ਮੈਂ ਤੈਨੂੰ ਕਦੋਂ ਦਾ ਛੱਡ ਦਿੰਦਾ ਸੁਰੇਸ਼ ਨੇ ਪਤਨੀ ਨੂੰ ਛਾੜਿਆ ਉਹ ਤਾਂ ਠੀਕ ਹੈ ਪਰ ਜੇ ਮਾਂ ਜੀ ਜਾਂ ਪਿਤਾ ਜੀ ਜਿੰਦੇ ਹੁੰਦੇ ਤਾਂ ਕਦੇ ਅਰਣ ਨੂੰ ਬਾਹਰ ਨਾ ਭੇਜਦੇ ਉਹ ਬੋਲੀ ਪਰ ਅੰਦਰੋਂ ਨਹੀਂ ਕਾਂਤਾ ਤੇ ਸਾਧ ਨੂੰ ਦਿਲੋਂ ਧਿਆਇਆ ਜਿਨ੍ਹਾਂ ਨੂੰ ਉਹਦੀ ਡੁੱਬਦੀ ਨਦੀਆਂ ਨੂੰ ਤਾਰਿਆ ਸੀ ਮਾਂ ਤੇ ਪਿਤਾ ਜੀ ਨੂੰ ਕੀ ਪਤਾ ਸੀ ਦੁਨੀਆ ਦਾ ਮੇਰਾ ਬੇਟਾ ਪੜ੍ਹੇਗਾ ਲਿਖੇਗਾ ਤੇ ਦੁਨੀਆ ਦਾ ਮਸ਼ਹੂਰ ਆਰਕੀਟੈਕਟ ਬਣੇਗਾ ਬਹੁਤ ਰੱਖੀ ਕਰੇਗਾ ਸੁਰੇਸ਼ ਉਹਨੂੰ ਦਿਨੇ ਸੁਪਨੇ ਦਿਖਾ ਰਿਹਾ ਸੀ ਪਰ ਅੱਗੇ ਕਿਹੜਾ ਉਨੇ ਘੱਟ ਤਰੱਕੀ ਕੀਤੀ ਹੈ ਬਥੇਰਾ ਵੱਡਾ ਅਫਸਰ ਲੱਗ ਸਕਦਾ ਹੁਣ ਵੀ ਉਹ ਬੋਲੀ ਨਹੀਂ ਮੰਮੀ ਠੀਕ ਹੀ ਤਾਂ ਕਹਿੰਦੇ ਨੇ ਡੈਡੀ ਮੈਂ ਹੋਰ ਤਰੱਕੀ ਕਰਾਂਗਾ ਹੋਰ ਉੱਪਰ ਜਾਵਾਂਗਾ ਹੋਰ ਉੱਪਰ ਹੋਰ ਉੱਪਰ ਅਰੁਣ ਨੇ ਜਦੋਂ ਅੱਖਾਂ ਬੰਦ ਕਰਕੇ ਕਿਹਾ ਤੇ ਸਿਮਲਾ ਨੂੰ ਦੀ ਆਵਾਜ਼ ਤੋਂ ਕਿਤੇ 20 ਸਾਲ ਪਹਿਲਾਂ ਸੁਣੀ ਸਾਦੀ ਤਰਜ਼ ਸੁਣਾਈ ਦਿੱਤੀ ਮੁੜ ਕੇ ਉਹਨੇ ਚੁੱਪ ਧਾਰ ਲਈ ਤੇ ਫਿਰ ਕਦੇ ਪਿਓ ਪੁੱਤ ਦੀ ਗੱਲ 'ਚ ਦਖਲ ਨਾ ਦਿੱਤਾ ਧੰਨਵਾਦ